ਹਾਂਜੀ ਸਟਾਰਟ ਕੇਸੇ ਦੇਸ਼ ਦੀ ਉન્નਤੀ ਉਸ ਦੇਸ਼ ਦੇ ਲੋਕਾਂ ਦੇ ਗਿਆਨवान ਅਤੇ ਮਿਹਨਤੀ ਹੋਣ ਤੇ ਨਿਰਭਰ ਕਰਦੀ ਹੈ ਡੰਡੀ ਇਹ ਗੱਲ ਮੰਨਣਯੋਗ ਹੈ ਕਿ ਉਕਤ ਦੇਸ਼ਾਂ ਦੇ ਮੁਕਾਬਲੇ ਅਸੀਂ ਗਿਆਨ ਅਤੇ ਮਿਹਨਤ ਦੀ ਕਸੌਟੀ ਤੇ ਪੂਰੇ ਨਹੀਂ ਉਤਰਦੇ ਡੰਡੀ ਸਾਡਾ ਵਿਦयक ਟਾਂਜਾ ਅਜਿਹਾ ਹੈ ਜਿੱਥੇ ਗਿਆਨ ਪ੍ਰਾਪਤੀ ਦੀ ਕੋਈ ਮਹੱਤਤਾ ਨਹੀਂ ਹੈ ਡੰਡੀ ਸਾਡੇ ਦੇਸ਼ ਵਿੱਚ ਵਿਦਿਆਰਥੀ ਨੂੰ ਕੋਰਸ ਨੂੰ ਰੱਟਾ ਲਾ ਕੇ ਯਾਦ ਕਰਨਾ ਸਿਖਾਇਆ ਜਾਂਦਾ ਹੈ ਡੰਡੀ ਇਮਤਿਹਾਨ ਤੋਂ ਬਾਅਦ ਉਹ ਮੋੜ ਕੋਰੇ ਦਾ ਕੋਰਾ ਰਹਿ ਜਾਂਦਾ ਹੈ ਡੰਡੀ ਸਕੂਲਾਂ ਦੀ ਗੱਲ ਤਾਂ ਛੱਡੋ ਯੂਨੀਵਰਸਿਟੀਆਂ ਵਿੱਚ ਵੀ ਇਹ ਹਾਲ ਹੈ ਡੰਡੀ ਅਧਿਆਪਕਾਂ ਵਿੱਚ ਵੀ ਗਿਆਨ ਪ੍ਰਾਪਤੀ ਦੀ ਕੋਈ ਲਾਲਸਾ ਨજર ਨਹੀਂ ਆਉਂਦੀ ਡੰਡੀ ਉਹਨਾਂ ਨੂੰ ਕਿਤਾਬ ਪੜਦਿਆਂ ਕਦੇ ਕਦਾਈ ਹੀ ਵੇਖਿਆ ਜਾਂਦਾ ਹੈ ਡੰਡੀ ਵਿਦਿਆਰਥੀਆਂ ਨੂੰ ਪੜਾਉਣ ਲਈ ਨੌਕਰੀ ਦੇ ਪਹਿਲੇ ਸਾਲ ਜਿਹੜੇ ਨੋਟਿਸ ਤਿਆਰ ਕੀਤੇ ਜਾਂਦੇ ਹਨ ਰਟਾਇਰ ਹੋਣ ਤੱਕ ਉਹਨਾਂ ਨਾਲ ਹੀ ਕੰਮ ਸਾਰ ਲਿਆ ਜਾਂਦਾ ਹੈ ਡੰਡੀ ਗਿਣਤੀ ਦੇ لحاظ ਨਾਲ ਸੰਸਾਰ ਵਿੱਚ ਸਾਡਾ ਦੂਜਾ ਸਥਾਨ ਹੈ ਪਰ ਪ੍ਰਾਪਤੀਆਂ ਦੇ ਹਿਸਾਬ ਨਾਲ ਅਸੀਂ ਬਹੁਤ ਪਿੱਛੇ ਹਾਂ ਡੰਡੀ ਉન્નਤ ਦੇਸ਼ਾਂ ਵਿੱਚ ਗਿਆਨ ਪ੍ਰਾਪਤੀ ਦੀ ਹੋੜ ਲੱਗੀ ਹੋਈ ਹੈ ਡੰਡੀ ਉਨਤ ਦੇਸ਼ਾਂ ਵਿੱਚ ਜਦੋਂ ਦੋ ਵਿਦਵਾਨ ਰਲ ਕੇ ਬੈਠਦੇ ਹਨ ਤਾਂ ਆਪਣੇ ਵਿਸ਼ੇ ਬਾਰੇ ਵਿਚਾਰ ਕਰਦੇ ਹਨ ਪਰ ਜਦੋਂ ਸਾਡੇ ਦੋ ਵਿਦਵਾਨ ਰਲ ਕੇ ਬੈਠਦੇ ਹਨ ਤਾਂ ਦੂਜਿਆਂ ਦੀਆਂ ਚੁਗਲੀਆਂ ਕਰਨ ਤੋਂ ਬਿਨਾ ਹੋਰ ਕੋਈ ਗੱਲ ਨਹੀਂ ਕਰਦੇ ਡੰਡੀ ਉਨਤ ਦੇਸ਼ਾਂ ਦਾ ਮੁਕਾਬਲਾ ਕਰਨ ਲਈ ਸਾਨੂੰ ਗਿਆਨ ਪ੍ਰਾਪਤੀ ਨੂੰ ਪ੍ਰਮੁੱਖ ਸਥਾਨ ਦੇਣਾ ਚਾਹੀਦਾ ਹੈ ਅਤੇ ਇਸ ਮੰਤਵ ਦੀ ਪ੍ਰਾਪਤੀ ਲਈ ਵਿਦਿਅਕ ਢਾਂਚੇ ਵਿੱਚ ਲੋੜੀ ਦੇ ਸੁਧਾਰ ਕਰਨ ਦੀ ਅਤਿਅੰਤ ਜ਼ਰੂਰਤ ਹੈ ਡੰਡੀ ਕੀਤਾਵਾਰ ਕੋਰਸ ਇਸ ਸੇਧ ਵਿੱਚ ਸਲਾੰਗਾਜੋਗ ਕਦਮ ਕਹੀ ਜਾ ਸਕਦੇ ਹਨ ਡੰਡੀ ਪੈਰਾ ਮਿਹਨਤ ਨੂੰ ਸਫਲਤਾ ਦੀ ਕੁੰਜੀ ਕਿਹਾ ਜਾਂਦਾ ਹੈ ਡੰਡੀ ਜੇਕਰ ਮਿਹਨਤ ਦੇ ਨਾਲ ਗਿਆਨ ਸ਼ਾਮਲ ਹੋਵੇ ਤਾਂ ਸੋਹਣੇ ਤੇ ਸੁਹਾਗੇ ਵਾਲੀ ਗੱਲ ਹੋ ਜਾਂਦੀ ਹੈ ਡੰਡੀ ਸਾਡੇ ਦੇਸ਼ ਵਿੱਚ ਕਿਰਤ ਦਾ ਸਤਕਾਰ ਨਹੀਂ ਹੈ ਡੰਡੀ ਇੱਥੇ ਹੱਥੀ ਕੰਮ ਕਰਨ ਨੂੰ ਘਟਿਆ ਸਮਝਿਆ ਜਾਂਦਾ ਹੈ ਡੰਡੀ ਇਸ ਲਈ ਹਰ ਕੋਈ ਅਜਹੀ ਨੌਕਰੀ ਦੀ ਤਲਾਸ਼ ਵਿੱਚ ਨજર ਆਉਂਦਾ ਹੈ ਜਿੱਥੇ ਕੰਮ ਘੱਟ ਅਤੇ ਰੋਗ ਜ਼ਿਆਦਾ ਹੋਵੇ ਡੰਡੀ ਸਾਡੇ ਦੇਸ਼ ਦੀ ਕੁੱਲ ਆਬਾਦੀ ਦਾ 75% ਲੋਕ ਪਿੰਡਾਂ ਵਿੱਚ ਵਸਦੇ ਹਨ ਜਿਹੜੇ ਕਿ ਸਾਰੇ ਹੀ ਕਿਸੇ ਹੱਦ ਤੱਕ ਕਿਰਤੀ ਹਨ ਡੰਡੀ ਜੋ ਲੋਕ ਸ਼ਹਿਰਾਂ ਵਿੱਚ ਵਸਦੇ ਹਨ ਉਹਨਾਂ ਵਿੱਚ ਵੀ ਕਾਮਿਆਂ ਦੀ ਗਿਣਤੀ ਚੋਖੀ ਗਿਣਤੀ ਹੈ ਡੰਡੀ ਇਸ ਤਰ੍ਹਾਂ ਬਹੁ ਗਿਣਤੀ ਦੇ ਕਿਰਤ ਨਾਲ ਜੁੜੇ ਹੋਣ ਦੇ ਬਾਵਜੂਦ ਵੀ ਕਿਰਤ ਦਾ ਉਹ ਸਤਕਾਰ ਨਹੀਂ ਹੈ ਜੋ ਹੋਣਾ ਚਾਹੀਦਾ ਹੈ ਡੰਡੀ ਅੰਗਰੇਜ਼ਾਂ ਦੇ ਸਮੇਂ ਅਗਰੀਜਾਂ ਜਾਂ ਉਹਨਾਂ ਦੇ ਦੇਸੀ ਕਰਮਚਾਰੀਆਂ ਨੇ ਵੰਗਾਰ ਵਿੱਚ ਜਾਂ ਮਹਬੂਲੀ ਮਜ਼ਦੂਰੀ ਉੱਤੇ ਕਈ ਸੇਵਾਦਾਰ ਰੱਖੇ ਹੋਏ ਸਨ ਜਿਸ ਕਰਕੇ ਉਹ ਆਪਣੇ ਹੱਥੀਂ ਕੁਝ ਵੀ ਨਹੀਂ ਸੰਨ ਕਰਦੇ ਡੰਡੀ ਸਟਾਪ